ਪਾਰ ਸਰਕਾਰ ਵੱਲੋਂ ਦਿਵਿਆਂਗਾ ਅਤੇ ਬਜ਼ੁਰਗਾਂ ਨੂੰ ਮੁਖਤਾਰਾ ਵਿੱਚ ਲਿਆਉਣ ਲਈ ਵੱਖ-ਵੱਖ ਲੋਕ ਪ੍ਰੈਸ ਕੀਤਾ ਤੇ ਨੀਕਾ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਲੜੀ ਵਿੱਚ ਚੰਮਰੀ ਸਰ ਦੇ ਕਰਮਪੁਰਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਿਵਿਆਂਗ ਜਨਾਂ ਨੂੰ ਮੁਫਤ ਉਪਕਰਨ ਮੰਡਲ ਨੇ ਇੱਕ ਸਮਾਗਮ ਕਰਵਾਇਆ ਗਿਆ ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰੀ ਵਿਰਿੰਦਰ ਕੁਮਾਰ ਇਸ ਸਮਾਗਮ ਵਿੱਚ ਵਰਚੂਅਲੀ ਸ਼ਾਮਲ ਹੋਏ ਜਦਕਿ ਵਿਧਾਇਕ ਸੁਨੀਲ ਦੱਤੀ ਨੇ ਖਾਸ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਕੈਂਪ ਵਿੱਚ ਡੀਪ ਯੋਜਨਾ ਤਹਿਤ 592 ਲੋੜਵੰਦਾਂ ਨੂੰ 55 ਲੱਖ ਰੁਪਏ ਤੋਂ ਵੱਧ ਕੀਮਤ ਦੇ ਟ੍ਰਾਈਸਾਈਕਲ wheelchair ਬਨਾਉਟੀ ਅੰਗ ਸਮਾਰਟਫੋਨ ਕਾਂਦੀਆਂ ਮਸ਼ੀਨਾ ਬਿਸਾਕੀਆਂ ਅਤੇ ਛੜੀਆਂ ਵੰਡੀਆਂ ਗਈਆਂ ਕੈਂਪ ਵਿੱਚ ਪੁੱਜੇ ਲਾਪਾਤਰੀਆਂ ਨੇ ਪਾਰੇ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ ਭਾਰਤੀ ਬਨਾਵਟੀ ਅੰਗ ਨਿਰਮਾਣ ਵਿਭਾਗ ਦੇ ਨਿਮਕੋ ਦੇ ਅਧਿਕਾਰੀ ਰਮੇਸ਼ ਚੰਦਰ ਮੁਤਾਬਕ ਕੁੱਲ 1803 ਤੋਂ ਵੱਧ ਲਾਪਾਤਰੀਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 592 ਨੂੰ ਉਪਕਰਨ ਦੇ ਦਿੱਤੇ ਗਏ ਨੇ ਜਦਕਿ ਬਾਕੀਆ ਨੂੰ ਉਪਕਰਨ 2 ਨਵੰਬਰ ਤੱਕ ਵੰਡ ਦਿੱਤੇ ਜਾਣਗੇ ਮੈਂ ਪਲੱਸ 2 ਪਾਸ ਕੀਤੀ ਹੈ ਤੇ ਹੁਣ ਅਸੀਂ ਸਾਨੂੰ ਜਿਹੜੇ smartphones ਮਿਲੇ ਆ ਤੇ ਸਾਨੂੰ ਇਸ ਦੀ ਬਹੁਤ ਜ਼ਰੂਰਤ ਦੇ ਸੀਗੀ ਕਿਉਂਕਿ ਅਸੀਂ ਸਟੱਡੀ ਕਰਨੀ ਹੁੰਦੀ ਆ ਜੈਸੇ ਸੁਣ ਕੇ ਕਰਦੇ ਸਾਨੂੰ ਕੋਈ ਰਿਕਾਰਡਿੰਗ ਕਰ ਦਿੰਦਾ ਵਾ ਤੇ ਹੁਣ ਤੇ net ਤੇ ਸਾਰਾ ਕੁਝ ਹੈਗਾ ਵਾ ਤੇ net ਤੋਂ ਅਸੀਂ ਸਰਚ ਕਰਕੇ ਤੇ ਅਸੀਂ ਸੁਣ ਕੇ ਕਰ ਸਕਦੇ ਆ ਸਟੱਡੀ ਅੱਗੇ ਵੀ